ਅਸਲਾਮ ਵਾਲੇਕੁਮ, ਕੀ ਹਾਲ ਹੈ ਯੂਟਿਊਬ ਫੈਮਿਲੀ ਵਾਲੇ? ਸਭ ਠੀਕ ਨੇ ਔਰ ਖੈਰੀਅਤ ਨਾਲ ਹੋਣਗੇ ਲਈ? ਅਤੇ ਅਸੀਂ ਵੀ ਠੀਕ ਹਾਂ ਜੀ, ਮੇਰੇ ਦੇਸ਼ ਪ੍ਰਦੇਸ਼ 'ਚ ਰਹਿਣ ਵਾਲੇ ਭੈਣ ਭਰਾ ਵੀ ਠੀਕ ਹੋਣਗੇ। ਅਤੇ ਚਲੇ ਵੀਵਰ, ਤੁਹਾਡੇ ਨਾਲ ਸ਼ੇਅਰ ਕਰਦੇ ਜੀ ਰੈਸਪੀ ਵੀਡੀਓ ਦੇ ਨਾਲ, ਬਣੇ ਰਹੀਏਗਾ ਜੀ। ਔਰ ਜਿਹੜਾ ਚੈਨਲ 'ਤੇ ਨਿਊ ਹੈ, ਚੈਨਲ ਨੂੰ ਲਾਈਕ, ਸਬਸਕ੍ਰਾਈਬ ਔਰ ਬੈੱਲ ਦੇ ਬਟਨ ਨੂੰ ਲਾਜ਼ਮੀ ਪ੍ਰੈਸ ਕਰੇਗਾ, ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਜਾਵੇ। ਅਤੇ ਚਲੇ ਵੀਵਰ, ਵੀਡੀਓ ਦੇ ਨਾਲ ਬਣੇ ਰਹੀਏਗਾ ਜੀ, ਤੁਹਾਡੇ ਨਾਲ ਸ਼ੇਅਰ ਕਰਦੇ ਜੀ ਰੈਸਪੀ। ਅਸੀਂ ਬੈਠੇ ਨੇ ਜੀ ਕਿਚਨ ਦੇ ਅੰਦਰ ਹੀ। ਅਤੇ ਚਲੋ ਗਾਇਜ਼, ਸਟਾਰਟ ਕਰਨੇ ਜੀ ਰੈਸਪੀ। ਇਹ ਸਾਡੇ ਕੋਲ ਪਿਆ ਜੀ ਚਿਕਨ ਔਰ ਟਮਾਟਰ ਪਿਆ ਜੀ, ਹਰੀਆਂ ਮਿਰਚਾਂ ਅਦਰਕ ਕੁੱਟੀਆਂ ਹੋਈਆਂ ਨੇ, ਨਾਲ ਪਿਆ ਜੀ ਪਿਆਜ਼ ਔਰ ਆਲੂ ਪਏ ਨੇ। ਅਤੇ ਚਲੋ ਵੀਵਰ, ਰੈਸਪੀ ਸਟਾਰਟ ਕਰਨੇ ਜੀ, ਵੀਡੀਓ ਦੇ ਨਾਲ ਬਣੇ ਰਹੀਏਗਾ। ਤਾਂ ਵੀਵਰ, ਅੱਗ ਅੰਮੀ ਨੇ ਬਾਲ ਲਈ ਜੀ ਚੁੱਲ੍ਹੇ ਦੀ, ਉੱਪਰ ਰੱਖਣੇ ਜੀ ਹਾਂਡੀ। ਜੀ ਓਇਲ ਅਸੀਂ ਐਡ ਕਰਾਂਗੇ ਇਹਦੇ ਅੰਦਰ। ਆਲੂ ਚਿਕਨ ਦੀ ਸਾਡੀ ਰੈਸਪੀ ਹੈ ਜੀ, ਅਤੇ ਤੁਸੀਂ ਵੀ ਇਸ ਤਰ੍ਹਾਂ ਹੀ ਦੇਖ ਕੇ ਬਣਾਓ ਔਰ ਮਜ਼ੇ ਲਓ। ਸਾਡੀ ਮਾਂ ਦੇ ਹੱਥ ਦੇ ਪੱਕੇ ਹੋਏ ਦੇ ਖਾਣ ਆਪ ਹੀ ਟਰਾਈ ਕਰੋ। ਸਭ ਦੇ ਖਾਣੇ ਅੱਛੇ ਹੁੰਦੇ ਨੇ, ਮੈਂ ਜਿਨ੍ਹਾਂ ਦੇ ਦੇਖਦਾ ਉਹਨਾਂ ਦੇ ਵੀ ਖਾਣੇ ਅੱਛੇ ਹੁੰਦੇ ਨੇ। ਮੇਰੇ ਭੈਣ ਜਿਹੜੇ ਬਣਾਉਂਦੀਆਂ ਨੇ ਉਹਨਾਂ ਦੇ ਵੀ ਖਾਣੇ ਬਹੁਤ ਅੱਛੇ ਹੁੰਦੇ ਨੇ। ਅਤੇ ਜੀ ਬਸ ਓਇਲ ਜਿਹੜਾ ਨਾ ਜੀ ਸਾਡਾ ਗਰਮ ਹੋ ਚੁੱਕਿਆ। ਪਿਆਜ਼ ਕਰਨੇ ਜੀ ਅੰਦਰ ਐਡ। ਸਭ ਤੋਂ ਪਹਿਲੇ ਜੀ ਬਾਹਰੀ ਸਾਡੀ ਆ ਗਈ ਪਿਆਜ਼ ਸੀ, ਤਾਂ ਵੀ ਬਸ ਟਮਾਟਰ ਅਦਰਕ ਲਸਣ ਦਾ ਪੇਸਟ ਅਸੀਂ ਐਡ ਕਰਤਾ ਜੀ ਪਿਆਜ਼ ਦੇ ਅੰਦਰ। ਚਲੇ ਵੀ ਬਸ ਜੀ ਮਿਰਚਾਂ ਐਡ ਕਰਨੀ ਜੀ ਇਹਦੇ ਅੰਦਰ, ਮਸਾਲਾ ਬਿਲਕੁਲ ਸਾਡਾ ਤਿਆਰ ਹੋ ਗਿਆ ਜਲਦੀ ਤੋਂ ਜਲਦੀ। ਤਿੰਨ ਚਮਚ ਅਸੀਂ ਮਿਰਚਾਂ ਦੇ ਐਡ ਕਰਤੇ ਨੇ, ਥੋੜ੍ਹੀ ਜਿਹੀ ਹਲਦੀ, ਤੁਸੀਂ ਆਪਣੇ ਜ਼ਰੂਰਤ ਦੇ ਮੁਤਾਬਕ ਮਿਰਚਾਂ ਨਮਕ ਇਸਤੇਮਾਲ ਕਰਨੀਆਂ ਜਿੰਨੀਆਂ ਤੁਸੀਂ ਖਾਂਦੇ ਜੀ। ਅਤੇ ਜੇ ਮਸਾਲਾ ਸਾਡਾ ਬਿਲਕੁਲ ਤਿਆਰ ਹੋ ਗਿਆ, ਅਤੇ ਜਿੰਨੀ ਨੇ ਥੋੜ੍ਹਾ ਜਿਹਾ ਵੱਡੀ ਇਲਾਚੀ, ਜ਼ੀਰਾ ਔਰ ਤਾਜ਼ੀਆਂ ਮਿਰਚਾਂ ਐਡ ਕਰਤੀਆਂ ਨੇ, ਨਾਲ ਦਾਲਚੀਨੀ ਵੀ ਨਾਲ ਹੀ ਮਿਕਸ ਆ। ਮਸਾਲਾ ਸਾਡਾ ਤਿਆਰ ਹੋ ਗਿਆ ਜੀ ਬਿਲਕੁਲ। ਅਸੀਂ ਪਾਵਾਂਗੇ ਜੀ ਚਿਕਨ ਇਹਦੇ ਅੰਦਰ, ਮਸਾਲੇ ਦੇ ਅੰਦਰ ਇਹਨੂੰ ਕਰਾਂਗੇ ਜੀ ਚੰਗੀ ਤਰ੍ਹਾਂ ਦੀ ਭੁਨਾਈ, ਅਤੇ ਜਿਹੜਾ ਨਾ ਗੋਸ਼ਤ ਜਿਹੜਾ ਨਾ ਜੀ ਬਿਲਕੁਲ ਸੌਫਟ ਹੋ ਜਾਵੇ ਇਸੇ ਮਸਾਲੇ ਦੇ ਵਿੱਚ ਹੀ। ਹਾਂ ਛੱਤ ਪੇ ਕੀ ਕਰ ਰਿਹਾ ਤੂੰ? ਜੀਵਰ ਘਿਓ ਬਿਲਕੁਲ ਉੱਤੇ ਆ ਚੁੱਕੇ ਆ, ਬਹੁਤ ਸਾਡਾ ਬਿਲਕੁਲ ਭੁਨਾਈ ਹੋ ਚੁੱਕਿਆ। ਇਹਦੇ ਅੰਦਰ ਕਰਨੇ ਜੀ ਆਲੂ ਐਡ। ਤੁਸੀਂ ਦੇਖ ਸਕਦੇ ਜੀ ਆਲੂ ਅੰਮੀ ਨੇ ਐਡ ਕਰ ਦਿੱਤੇ ਨੇ, ਬਹੁਤ ਸਾਡਾ ਬਿਲਕੁਲ ਮਸਾਲੇ ਦੇ ਅੰਦਰ ਭੁਨਾਈ ਹੋ ਚੁੱਕੇ ਹੈ।
ਪਾਣੀ ਇਸਤੇਮਾਲ ਕਰਨੇ ਜੀ ਸ਼ੋਰਬੇ ਲਈ, ਜ਼ਿਆਦਾ ਸ਼ੋਰਬਾ ਅਸੀਂ ਨਹੀਂ ਕਰਨਾ, ਜਿਹੜਾ ਨਾ ਗੋਟੀਆਂ ਵੀ ਤਰਦੀਆਂ ਰਹਿਣ ਅਤੇ ਮੁੜ ਕੇ ਆਲੂ ਵੀ ਤਰਦੇ ਰਹਿਣ, ਹਿਸਾਬ ਦਾ ਹੀ ਰੱਖਿਆ ਜੀ। ਚਲੋ ਫਿਰ ਇਹਨੇ ਢੱਕਣ 'ਚ ਕਰਨੇ ਜੀ ਇੰਤਜ਼ਾਰ, ਤੁਸੀਂ ਵੀਡੀਓ ਦੇ ਨਾਲ ਬਣੇ ਰਹਿਣਾ। ਵੀਰ ਜੀ ਸ਼ੋਰਬਾ ਪੱਕ ਰਿਹਾ, ਆਲੂ ਥੋੜ੍ਹੇ ਜਿਹੇ ਹੈਗੇ ਕੱਚੇ ਨੇ, ਚਲੋ ਹੋਰ ਵੀ ਥੋੜ੍ਹੇ ਜਿਹੇ ਪਕਾਉਣੇ ਕਿ ਆਲੂ ਜਿਹੜੇ ਨਾ ਸਾਡੇ ਗਲ ਜਾਣ ਬਿਲਕੁਲ। ਚਲੋ ਵੀਰ ਚੈੱਕ ਕਰਨੇ ਜੀ ਆਲੂ ਸਾਡੇ ਗਲੇ ਕਿ ਨਹੀਂ, ਆਲੂ ਜੀ ਸਖਤ ਨੇ ਹਜੇ, ਆਲੂ ਗਲਣ ਦਾ ਨਾਂ ਹੀ ਨਹੀਂ ਲੈ ਰਹੇ। ਵੀਰ ਜੀ ਆਲੂ ਸਾਡੇ ਹੋ ਗਏ ਜੀ, ਅੰਮੀ ਨੇ ਉੱਪਰ ਕਰਤਾ ਜੀ ਸਬਜ਼ ਧਨੀਆ ਐਡ, ਧਨੀਆ ਨੇ ਦਿੱਤਾ ਜੀ ਸਾਨੂੰ ਬਹੁਤ ਥੋੜ੍ਹਾ ਜਿਹਾ, ਚਲੋ ਗੁਜ਼ਾਰਾ ਮੁਤਾਬਕ ਹੋ ਗਿਆ ਕਿ ਥੋੜ੍ਹਾ ਬਹੁਤਾ ਵਿੱਚ ਸ਼ੋਰਬੇ ਦੇ। ਅਤੇ ਚਲੋ ਵੀਰ ਕਰਨੇ ਜੀ ਸਰਫ, ਇਹਨੂੰ ਜੀ ਸਾਡੇ ਜੀ ਆਲੂ ਚਿਕਨ ਦੀ ਰੈਸਪੀ ਹੋ ਗਈ ਬਿਲਕੁਲ ਤਿਆਰ। ਅਤੇ ਵੀਰ ਜੀ ਆਲੂ ਚਿਕਨ ਦੀ ਰੈਸਪੀ ਸਾਡੀ ਬਿਲਕੁਲ ਤਿਆਰ ਹੋ ਗਈ, ਤੁਸੀਂ ਦੇਖ ਸਕਦੇ ਜੀ ਇਹਦੀ ਫਾਈਨਲ ਲੁੱਕ। ਅਗਰ ਤੁਹਾਨੂੰ ਅੱਛੀ ਲੱਗੀ ਹੋਵੇ ਜੀ ਸਾਡੀ ਰੈਸਪੀ ਤਾਂ ਮੈਨੂੰ ਕਮੈਂਟ ਲਾਜ਼ਮੀ ਬੈਕ ਦੇਈਏਗਾ, ਅਤੇ ਮੈਨੂੰ ਦਿਓ ਜੀ ਤੁਸੀਂ ਇਜਾਜ਼ਤ। ਇਨਸ਼ਾ ਅੱਲਾਹ ਤਾਲਾ ਜੀ ਕੱਲ੍ਹ ਫਿਰ ਇੱਕ ਨਵੇਂ ਰੈਸਪੀ ਨਾਲ ਹਾਜ਼ਰ ਹੋਵਾਂਗੇ, ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ ਜੀ, ਅੱਲਾ ਹਾਫਿਜ਼।